ਤਾਂ ਟੋਰੋ ਫੇਰੋ ਹਾਂਜੀ ਯਾਨੀ ਵਾਕ ਕਰਿਆ ਕਰੋ ਫੇਰਾ ਕਰੋ ਆਪੇ ਫੇਰੋ ਟੋਰੋ ਤੇ ਸ਼ੁਕਰ ਦਾ ਦਰੋ ਤੇ ਮੈਂ ਆਖਿਆ ਫਿਰ ਖੈਰ ਫਿਰ ਇੱਥੋਂ ਇਨਸ਼ਾਅੱਲਾ ਮੋਚੀ ਬਾਜ਼ਾਰ ਮੋਚੀ ਬਾਜ਼ਾਰੋ ਫਿਰ ਇੱਥੇ ਬਿਲਕੁਲ ਠੀਕ ਹੈ ਕਿੰਨੀ ਉਮਰ ਕਿੰਨੀ ਹੈ ਮਾਸ਼ਾਅੱਲਾ ਤੁਸਾਂ ਦੀ ਬਸ ਹਾਜੀ ਸਾਹਿਬ ਤੁਸਾਂ ਦੀ ਇਤਨੀ ਅੱਛਾ ਕਈ ਲੋਕ ਸੁਰਤ ਵਿਚ ਆਉਂਦੇ ਨੇ ਬਿਮਾਰ ਕਦੇ ਨੀ ਹੁੰਦੇ ਉਹਨਾਂ ਦੇ ਦੰਦ ਵੀ ਸਹੀ ਉਹਨਾਂ ਦੀ ਜਾਨੀਆਂ ਵੀ ਸਹੀ ਤੇ ਜਿਹੜੇ ਨਹੀਂ ਬਿਮਾਰ ਹੁੰਦੇ ਨੇ ਉਹ ਸਾਰੇ ਦੇਖਭਾਲ ਨਿਗਰਾਨੀ ਕਰਦੇ ਹੋ ਚੋਰ ਇਹ ਜਾਂਦੇ ਆ ਚੋਰ ਕੱਪ ਕੇ ਮਾਲਾਂ ਕੇ ਪਾਉਂਦੇ ਅੱਲਾ 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 ਬਸ ਅੱਲਾ ਹਿਦਾਇਤ ਦੇਵੇ ਉਹਨਾਂ ਜੀ ਅੱਲਾ ਹਿਦਾਇਤ ਦੇਵੇ ਨੇ ਅੱਜ ਕੱਲ੍ਹ ਨਦੀ ਡੋਰ ਮੇ ਪਾਣੀ ਬਹੁਤ ਜ਼ਿਆਦਾ ਹੈ ਇਸ ਕੀ ਸਪੀਡ ਸੇ ਆਪ ਅੰਦਾਜ਼ਾ ਲਗਾ ਸਕਤੇ ਹੈ ਔਰ ਯਹੀ ਕਮ ਅਜ਼ ਕਮ ਚਾਰ ਜਗ੍ਹਾ ਸੇ ਇਸੀ ਤਰ੍ਹਾਂ ਕਾ ਤੇਜ਼ ਪਾਣੀ ਵਾਲਾ ਹੀ ਬਹਿ ਰਿਹਾ ਇੱਕ ਯੇ ਦੇਖ ਰਹੇ ਹੈ ਆਪ ਥੋੜ੍ਹੀ ਦੂਰ ਆਪ ਦੇਖੇਂਗੇ ਇੱਕ ਹੋਰ ਜਗ੍ਹਾ ਦੇਖ ਰਹੇ ਹੈ ਉਸੇ ਪਿੱਛੇ ਵੀ ਕਰਕੇ ਦੇਖੇ ਬਹੁਤ ਅਜੀਬ ਸਾ ਮੰਜ਼ਰ ਔਰ ਬੜਾ ਪਿਆਰਾ ਵਿਊ ਪੇਸ਼ ਕਰ ਰਿਹਾ ਹੈ ਅੱਜ ਆਪਕੇ ਲਈ ਇਸੀ ਡੋਲ ਨਦੀ ਕੇ ਹਵਾਲੇ ਸੇ ਵੀਡੀਓ ਬਣ ਰਹੀ ਹੈ ਯੇ ਆਪ ਜਿਸ ਡਾਇਰੈਕਸ਼ਨ ਮੇਂ ਅਭੀ ਕੈਮਰਾ ਜਾ ਰਹਾ ਹੈ ਯੇ ਮਗਰਬ ਕੀ ਸਮਤ ਹੈ ਔਰ ਅਭੀ ਜਿਸ ਤਰਫ ਸੇ ਮੈਂ ਆਇਆ ਥਾ ਯੇ ਆਪਕੋ ਦੁਬਾਰਾ ਬਤਾ ਦੇਤਾ ਹੂੰ ਯੇ ਡਾਇਰੈਕਸ਼ਨ ਜੋ ਹੈ ਯੇ ਮਸ਼ਰਕ ਹੈ ਆਪ ਸੂਰਜ ਦੇਖ ਰਹੇ ਨਿਕਲ ਰਿਹਾ ਹੈ ਯੇ ਵੀ ਆਪਕੇ ਸਾਹਮਣੇ ਸੂਰਜ ਵੀ ਆਪਕੋ ਨਜ਼ਰ ਆ ਰਿਹਾ ਹੈ ਯੇ ਰੁੱਖ ਜੋ ਹੈ ਯੇ ਐਬਟਾਬਾਦ ਸੇ ਹੈ ਯੇ ਐਬਟਾਬਾਦ ਕੇ ਇਲਾਕੋ ਕਾ ਪਾਣੀ ਆਤਾ ਹੈ ਹਰੀਪੁਰ ਮੇਂ ਜਬ ਯੇ ਆ ਰਹਾ ਹੋਤਾ ਹੈ ਤੋ ਯਹਾਂ ਸੇ ਯੇ ਆ ਕਰ ਕਿਸੀ ਤਰ੍ਹਾਂ ਇਸ ਰੁੱਖ ਪੇ ਜਾਤੇ ਹੋਏ ਵੋ ਆਪ ਦੇਖ ਰਹੇ ਹੈ ਸਾਹਮਣੇ ਕੇ ਪਹਾੜ ਯੇ ਤਰਬੇਲਾ ਡੈਮ ਕੀ ਝੀਲ ਕੇ ਇਰਦ ਗਿਰਦ ਕੇ ਪਹਾੜ ਹੈ ਯੇ ਪਾਣੀ ਜਹਾਂ ਔਰ ਬਹੁਤ ਸੀ ਕੰਟਰੀਬਿਊਟੀ ਤਰਬੇਲਾ ਡੈਮ ਕੀ ਝੀਲ ਮੇਂ ਸ਼ਾਮਿਲ ਹੋਤੀ ਹੈ ਵਹਾਂ ਪੇ ਯੇ ਨਦੀ ਡੋਲ ਵੀ ਤਰਬੇਲਾ ਡੈਮ ਕੀ ਝੀਲ ਮੇਂ ਕੰਟਰੀਬਿਊਟ ਕਰਤੀ ਹੈ ਯਾਂ ਸ਼ਾਮਿਲ ਹੋ ਜਾਤੀ ਹੈ ਅੱਜ ਕੱਲ੍ਹ ਕਿਉਂਕਿ ਯੇ ਇਸਕੇ ਹਰੀਪੁਰ ਕੇ ਅਤਰਾਫ ਮੇਂ ਬਾਈਪਾਸ ਬਣ ਰਿਹਾ ਹੈ ਤੋ ਉਸਕੇ ਲੀਏ ਯੇ ਸਾਰਾ ਮਟੀਰੀਅਲ ਯਹੀਂ ਸੇ ਇਸਤੇਮਾਲ ਹੋ ਰਿਹਾ ਹੈ Thank you.